ਤੁਹਾਡੇ ਕੋਲ ਕਾਰ ਹੈ ਜਾਂ ਫਿਰ ਮੋਟਰਸਾਈਕਲ ਤਾਂ ਤੁਹਾਡੇ ਲਈ ਇਹ ਖਬਰ ਬੜੀ ਖਾਸ ਹੋਣ ਵਾਲੀ ਹੈ ਕਿਉਂਕਿ ਪੰਜਾਬ ਪੁਲਿਸ ਵੱਲੋਂ ਇੱਕ ਅਜਿਹੇ ਗਰੋਹ ਦੇ ਬੰਦੇ ਨੂੰ ਫੜ ਲਿਆ ਗਿਆ ਹੈ ਜੋ ਤੁਹਾਡੇ ਵਾਹਨ ਨੂੰ ਮਿੰਟਾਂ ਸਕਿੰਟਾਂ 'ਚ ਛੂ ਮੰਤਰ ਕਰ ਸਕਦਾ ਹੈ ਜਿਸ ਦਾ ਖੁਲਾਸਾ ਪੁਲਿਸ ਦੀ ਤਫਤੀਸ਼ 'ਚ ਸਾਹਮਣੇ ਆਇਆ ਜੋ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ। ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਲਗਜ਼ਰੀ ਕਾਰ ਦੇ ਨਾਲ ਪੁਲਿਸ ਦੀ ਪਕੜ 'ਚ ਖੜੇ ਸ਼ਖਸ ਦਾ ਨਾਮ ਮਨਪ੍ਰੀਤ ਹੈ ਜੋ ਲੋਕਾਂ ਦੇ ਉਹਨਾਂ ਵੱਡੇ ਵੱਡੇ ਸੁਪਨਿਆਂ ਨਾਲ ਖਰੀਦੀਆਂ ਕਾਰਾਂ ਨੂੰ ਕੌਡੀਆਂ ਦੇ ਭਾਅ ਵੇਚ ਦਿੰਦਾ ਸੀ, ਜਦੋਂ ਸ਼ਾਤਰ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਦੀਆਂ ਕਾਰਾਂ ਲੁੱਟ ਲੈਂਦੇ ਸੀ ਤੇ ਫਿਰ ਪੱਟੀ ਰਹਿੰਦੇ ਇੱਕ ਸ਼ਖਸ ਨੂੰ ਵੇਚ ਕੇ ਤੇ ਸਾਰਾ ਕਾਲਾ ਕਾਰੋਬਾਰ ਤਕਰੀਬਨ 6 ਲੋਕਾਂ ਵਿੱਚ ਵੰਡ ਲਿਆ ਜਾਂਦਾ ਸੀ, ਜਿਸ ਦੀ ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ 19 ਤਰੀਕ ਨੂੰ ਦਸੰਬਰ ਦੇ ਵਿੱਚ ਹੀ ਰਣਜੀਤ ਐਵਨਿਊ 'ਚੋਂ ਇੱਕ ਵਾਈਟ ਕਲਰ ਦੀ ਵਰਨਾ ਗੱਡੀ ਖੋਹ ਕੀਤੀ ਗਈ ਸੀਗੀ ਰਾਤ ਨੂੰ ਗਨ ਪੁਆਇੰਟ 'ਤੇ, ਅਤੇ ਉਹ ਬਲਾਈਂਡ ਕੇਸ ਸੀਗਾ। ਬਟ ਸਾਡੀ ਟੀਮ ACP ਨੌਰਥ, ACP ਡੀ, SHO ਰਣਜੀਤ ਐਵਨਿਊ, ਉਹਨਾਂ ਨੇ ਕਾਫੀ ਮਿਹਨਤ ਕੀਤੀ ਅਤੇ ਸਾਨੂੰ ਸਫਲਤਾ ਹਾਸਿਲ ਹੋਈ ਜਦੋਂ ਅਸੀਂ ਮਨਪ੍ਰੀਤ ਉਰਫ ਮੰਨੂ ਇੱਕ ਮੁੰਡੇ ਨੂੰ ਫੜਿਆ ਜੋ ਸੁਲਤਾਨ ਵਿੰਡ ਦਾ ਰਹਿਣ ਵਾਲਾ ਹੈ, ਅਤੇ ਉਸ ਤੋਂ ਅਸੀਂ ਬਰਾਮਦ ਕੀਤੀ ਹੈ ਵਰਨਾ ਗੱਡੀ ਜਿਸ 'ਤੇ ਕਿ ਉਹਨੇ ਜਾਲੀ ਨੰਬਰ ਲਾਇਆ ਹੋਇਆ ਸੀਗਾ। ਡਿਊਰਿੰਗ ਇੰਟੈਰੋਗੇਸ਼ਨ ਐਂਡ ਇਨਵੈਸਟੀਗੇਸ਼ਨ ਆਫ ਦੀ ਕੇਸ ਸਾਨੂੰ ਹੋਰ ਵੀ ਲੀਡ ਮਿਲੀ ਜਿਹਦੇ ਵਿੱਚ ਉਹਦੇ ਨਾਲ 4 ਹੋਰ ਮੁੰਡੇ ਹੈਗੇ ਜੋ ਉਹਦੇ ਸਾਥੀ ਹੈ। ਇੱਕ ਹੈਗਾ ਕਾਕਾ, ਦਮਨ, ਬੌਬੀ ਅਤੇ ਇੱਕ ਰਣਜੀਤ। ਇਹ ਸਾਰੇ ਹੀ ਸੁਲਤਾਨ ਵਿੰਡ ਦੇ ਏਰੀਆ ਦੇ ਨੇੜੇ ਤੇੜੇ ਵਾਲੇ ਹੈਗੇ ਰਹਿਣ ਵਾਲੇ। ਇਹਨਾਂ ਦੀ ਮੋਡਸ ਓਪਰੈਂਡਾ ਇਹ ਸੀਗੀ ਕਿ ਇਹ ਗਨ ਪੁਆਇੰਟ 'ਤੇ 2-2 ਕਰਕੇ ਜਾਂ ਤਾਂ ਕੋਈ ਚੋਰੀ ਦੀ ਗੱਡੀ ਦੇ ਵਿੱਚ ਹੁੰਦੇ ਸੀਗੇ ਜਾਂ ਮੋਟਰਸਾਈਕਲ 'ਤੇ, ਅਤੇ ਦੋ ਬੰਦੇ ਜਾ ਕੇ ਪਹਿਲਾਂ ਜਿਹੜੀ ਗੱਡੀ ਖੋਹ ਕਰਨੀ ਹੁੰਦੀ ਸੀਗੀ ਉਸਦੇ ਡਰਾਈਵਰ ਨੂੰ ਗਨ ਪੁਆਇੰਟ 'ਤੇ ਬਾਹਰ ਕੱਢ ਕੇ ਅਤੇ ਗੱਡੀ ਖੋਹ ਕਰ ਲੈਂਦੇ ਸੀਗੇ। ਇਹ 4-5 ਮੁੰਡੇ ਮਿਲ ਕੇ ਅੱਗੇ ਸਾਨੂੰ ਜਿਹੜਾ ਪਤਾ ਲੱਗਿਆ ਹੈਗਾ ਪੱਟੀ ਦਾ ਹੈਗਾ ਇੱਕ ਜਗਰੂਪ ਜੁੱਕਾ, ਉਹਨੂੰ ਜਾ ਕੇ ਵੇਚ ਦਿੰਦੇ ਸੀਗੇ ਗੱਡੀਆਂ। ਉਹ 85,000 ਦੇ ਨੇੜੇ ਤੇੜੇ ਦੇ ਵਿੱਚ ਖਰੀਦਦਾ ਸੀਗਾ ਅਤੇ ਇਨ ਸਾਰਿਆਂ ਨੂੰ 15,000-15,000, ਅਤੇ ਰਣਜੀਤ ਜਿਹੜਾ ਹੈਗਾ ਉਹਨੂੰ 25,000 ਰੁਪਏ ਮਿਲਦੇ ਸੀਗੇ। ਅਸੀਂ ਅੱਗੇ ਕਰ ਰਹੇ ਹਾਂ ਕਾਰਵਾਈ, ਜਦੋਂ ਹੁੰਦਾ ਤਾਂ ਫਿਰ ਪਤਾ ਲੱਗੂਗਾ। ਅਤੇ ਨਾਲ ਹੀ ਜਦੋਂ ਇੰਟੈਰੋਗੇਸ਼ਨ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਕਈ ਗੱਡੀਆਂ ਹੋਰ ਵੀ ਮੰਨੀ ਹੈ ਜੋ ਮਨਪ੍ਰੀਤ ਮੰਨੇ ਨੇ, ਉਹ ਹੈਗੀ ਕਿ ਇੱਕ ਜੰਡਿਆਲੇ ਤੋਂ, ਇੱਕ ਸਰਹਾਲੀ ਤੋਂ ਬਰੀਜ਼ਾ, ਅਤੇ ਇੱਕ ਸ਼ੈਵਰੋਲੇ ਗੱਡੀ, ਇੱਕ i20 ਅਤੇ ਵਰਨਾ ਇਹ ਵਾਲੀ, ਅਤੇ ਕੁਛ 2-wheelers ਇੱਕ ਐਕਟਿਵਾ, ਉਹ ਵੀ ਇਹ ਮੰਨਿਆ ਕਿ ਇਹਨਾਂ ਨੇ ਗਨ ਪੁਆਇੰਟ 'ਤੇ ਖੋਹ ਕੀਤੀ ਸੀਗੀ। ਸਾਨੂੰ ਹਾਲੇ ਤੱਕ ਇੱਕ ਹੀ ਗੱਡੀ ਵਰਨਾ ਜਿਹੜੀ ਵਾਈਟ ਕਲਰ ਦੀ ਹੈ ਉਹ ਬਰਾਮਦ ਹੋਈ। ਇੱਕ ਬੰਦਾ ਹੋਇਆ ਹਾਲ ਕੀ ਘੜੀ ਮਨਪ੍ਰੀਤ, ਨਹੀਂ ਹਾਲੇ ਵੈਪਨ ਨਹੀਂ ਰਿਕਵਰ ਹੋਇਆ। ਅਭੀ ਇਸਕੇ ਬਾਰੇ ਮੈਂ ਹਮ ਤਫਤੀਸ਼ ਕਰ ਰਹੇ ਹਾਂ। ਹਾਂਜੀ, ਉਹ ਚੱਲ ਰਿਹਾ ਸਾਡਾ, ਉਹਦੇ ਉੱਤੇ ਹੈਗਾ, ਵੀ ਆਰ ਕੰਡਕਟਿੰਗ ਰੇਡਸ, ਅਤੇ ਅਸੀਂ ਲੀਡ ਹੈਗੀ ਸਾਨੂੰ, ਅਤੇ ਹੋਪਫੁਲੀ ਜਲਦੀ ਇਨ ਸਾਰਿਆਂ ਨੂੰ ਅਸੀਂ ਫੜ ਲਾਂਗੇ। ਇਹ 6 ਜਣੇ ਤੋਂ ਜੀ ਹਾਲੇ ਤੱਕ ਆ ਚੁੱਕੇ ਹਾਂ ਸਾਹਮਣੇ, ਅਤੇ ਹੋ ਸਕਦਾ ਹੋਰ ਵੀ ਹੋਣ, ਅਤੇ ਜਦੋਂ ਲੀਡ ਮਿਲੂਗੀ ਬੰਦੇ ਫੜੇ ਜਾਣਗੇ ਤਾਂ ਹੋਰ ਵੀ ਖੁਲਾਸੇ ਹੋਣਗੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਜਿਹੀਆਂ ਘਟਨਾਵਾਂ ਲੰਮੇ ਅਰਸੇ ਤੋਂ ਚੱਲਦੀਆਂ ਆ ਰਹੀਆਂ ਨੇ, ਅਤੇ ਹੁਣ ਪੁਲਿਸ ਵੱਲੋਂ ਇਹਨਾਂ ਸਾਰੇ ਕਾਲੇ ਕਾਰੋਬਾਰੀਆਂ ਨੂੰ ਜਲਦ ਨੱਥ ਪਾਉਣ ਦਾ ਕੰਮ ਤੇਜ਼ੀ ਨਾਲ ਕਰਨਾ ਚਾਹੀਦਾ ਹੈ। ਹਕੀਕਤ TV ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।